ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆਪਣੇ ਆਸ਼ੀ ਪੱਗ ਜਿਹਦੀ ਲੈਂਥ ਹੈ 1.5 6 ਮੀਟਰ ਜਿਹੜਾ ਕਪੜਾ ਉਹ ਆਪਾਂ ਫੁੱਲ ਬੈਲ ਵਰਤਿਆ ਜਿਹੜਾ ਤੁਸੀਂ ਨੇ ਪਹਿਲਾਂ ਜਿਹੜਾ ਲਗੋਣਾ ਹੈ ਸਿਰ ਦੇ ਸੈਂਟਰ ਚੋਂ ਲਿਆ ਕੇ ਪੂਣੀ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਉਸ ਲੜ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਹਲਕਾ ਉਸ ਲੜ ਨੂੰ ਜਿਹੜਾ ਮੋਟਾ ਕਰਕੇ ਉਸ ਲੜ ਨੂੰ ਬੈਕਟੈਕ ਸਾਫ਼ ਕਰਕੇ ਜਿਹੜਾ ਲਗਾ ਦੇਣਾ ਹੈ ਇਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਪੂਣੀ ਦਾ ਖੋਲਦਾ ਪਰ ਸਾਥ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਹ ਗੱਲ ਲੜਣਾ ਉੱਤੋਂ ਦੱਬ ਕੇ ਉਸ ਨੂੰ ਜਿਹੜਾ ਨੱਕ ਦੀ ਸੇਜ ਦੇ ਉੱਤੇ ਜਿਹੜਾ ਫੋਲਡ ਕਰ ਦੇਣਾ ਹੈ ਉਹ ਗੱਟਾ ਫੋਲਡ ਕਰਨ ਤੋਂ ਬਾਅਦ ਉਸ ਨੂੰ ਡਬਲ ਫੋਲਡ ਕਰਕੇ ਉਸ ਨੂੰ ਜਿਹੜਾ ਚੰਗੇ ਤਰ੍ਹਾਂ ਮੋਟਾਈ ਕਰਕੇ ਉਸ ਲੜ ਦੀ ਹਲਕਾ ਉੱਤੋਂ ਫੋਲਡ ਕਰ ਦੇਣਾ ਹੈ ਚੰਗੀ ਤਰ੍ਹਾਂ ਇਸ ਲੜ ਨੂੰ ਵੀ ਤੁਸੀਂ ਨੇ ਜਿਹੜਾ ਬਾਜੀ ਮੱਦੇ ਨਾਲ ਇਸ ਲੜ ਦੇ ਵਿੱਚ ਇੰਨੇ ਵੀ ਤੁਹਾਡੇ ਵਾਲ ਹੋਣ ਉਹ ਕੱਢ ਕੇ ਇਸ ਲੜ ਦਾ ਜਿਹੜਾ ਫਾਸਲਾ ਇਸ ੜੜ ਨੂੰ ਜਿਹੜਾ ਸਾਫ਼ ਕਰਕੇ ਬੈਕ ਤੱਕ ਇਸ ੜੜ ਨੂੰ ਜਿਹੜਾ ਲਗਾ ਦੇਣਾ ਹੈ ਚੰਗੀ ਤਰ੍ਹਾਂ ਤੁਸੀਂ ਸਾਰੇ ੜੜ ਦੇ ਵਿੱਚ ਜਿਹੜੇ ਬਲ ਬਲ ਬੁਲ ਕੱਢ ਕੇ ਇਸ ੜੜ ਨੂੰ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ੜੜ ਲਗਾਉਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ੜੜ ਲਗਾਇਆ ਸੀ ਉਸੇ ਤਰ੍ਹਾਂ ਤੀਸਰਾ ੜੜ ਲਗਾਉਣਾ ਹੈ ਮੂਹੇ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇੱਕ ਅੰਦਰਲਾ ਪੱਲਾ ਜਿਹੜਾ ਤੁਹਾਡਾ ਉਹ ਨੂੰ ਹਲਕਾ ਤਹਾਂ ਚੱਕ ਕੇ ਉਸ ਲੜਨੂ ਡੈਗਰ ਫੇਰ ਖਿੱਚ ਕੇ ਉਸ ਲੜਨੂ ਡੈਗਰ ਫੋਲਡ ਕਰ ਦੇਣਾ ਹੈ। ਹੋਲਡ ਕਾਂਤਵਾ ਡੈਗਰ ਸਲੜਨ ਫੇਰ ਤੋਂ ਡਬਲ ਹੋਲਡ ਕਰਕੇ ਗਰ ਤਹਾਂ ਤੋਂ ਜਿਹੜਾ ਹੋਲਡ ਕਰਕੇ ਉਸੜ ਜਿਹੜਾ ਤਹਾਲਾ ਪੇ ਜਾ ਉਸ ਨੂੰ ਵੀ ਜਿਹੜਾ ਹਲਕਾ ਜਿਹੜਾ ਦਬ ਲੈਣਾ ਹੈ। ਚੰਗੀ ਤਰ੍ਹਾਂ ਉਸ ਲੜਨੂ ਜਿਹੜਾ ਸਾਫ਼ ਕਰਕੇ ਉਸ ਲੜ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਬਾਜਾ ਉਹ ਫੇਲ ਲੈਣਾ ਹੈ। ਚੰਗੀ ਤਰ੍ਹਾਂ ਤੁਸੀਂ ਨੇ ਸਾਰੇ ਲੜ ਦੀ ਜਿਹੜੀ ਪ੍ਰੋਪਰ ਜਿਹੜੀ ਸਫਾਈ ਆਫ ਕਰ ਲੈਣੀ ਹੈ ਤੇ ਇਹਨਾਂ ਲੜਾਂ ਦਾ ਜਿਹੜਾ ਫਾਸਲਾ ਉਹ ਤੁਸੀਂ ਨੇ ਸੇਮ ਜਿਹੜਾ ਸੇਮ ਰੱਖਣਾ ਹੈ। ਚੰਗੀ ਤਰ੍ਹਾਂ ਲੜਾ ਨੂੰ ਸਾਫ਼ ਕਰਕੇ ਬੈਕ 'ਤੇ ਲੜਾ ਨੂੰ ਲਗਾ ਦੇਣਾ ਹੈ ਲਗਾ ਦੇਣਾ ਹੈ ਜਿਹੜਾ ਤੁਸੀਂ ਨਿਕਲ ਲੜਾ ਲਗਾਉਣਾ ਹੈ ਉਹ ਨਹੀਂ ਤਾਂ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਮੱਧ ਪਾਸਾ ਉੱਤੇ ਰੱਖ ਕੇ ਇੱਕ ਬਲ ਲੜਾ ਅੰਦਰ ਲਾਹੋ ਉਸ ਨੂੰ ਜਿਹੜਾ ਹਲਕਾ ਹੈ ਤਹਾਂ ਚੱਕ ਕੇ ਤੇ ਉਸ ਤਲਾ ਜਿਹੜਾ ਤੁਹਾਨੂੰ ਪੇਚ ਆ ਉਹ ਬਣਾ ਲੈਣਾ ਹੈ ਉਸ ਤਲਾ ਪੇਚ ਬਣਾਉਣ ਤੋਂ ਬਾਅਦ ਇਸ ਲੜਾ ਨੂੰ ਇੱਕ ਗਾਰ ਫੋਲਡ ਕਰਕੇ ਇੱਕ ਗਾਰ ਡਬਲ ਫੋਲਡ ਕਰ ਦੇਣਾ ਹੈ ਇਸ ਲੜ ਦੇ ਵਿੱਚ ਵੀ ਚੰਗੀ ਤਰ੍ਹਾਂ ਤੁਸੀਂ ਨੇ ਜਿਹੜਾ ਬੈਕ ਤਾਂ ਕਿਹੜਾ ਬਾਜਾ ਫੇਰ ਕਿ ਇਸ ਲੜ ਨੂੰ ਜਿਹੜਾ ਲਗਾਉਣਾ ਲਗਾ ਦੇਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜਾ ਤੁਸੀਂ ਨਗ ਲੜ ਲਗਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਪਹਿਲਾ ਵਾਲੇ ਲੜ ਲਗਾਏ ਹਨ ਉਸੇ ਤਰ੍ਹਾਂ ਤੁਸੀਂ ਨੇ ਜਿਹੜਾ ਇਸ ਲੜ ਨੂੰ ਲਗਾਉਣਾ ਹੈ ਉਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ਲੜ ਨੂੰ ਗੁੱਠੇ ਦੀ ਮਦਦ ਨਾਲ ਇੱਕ ਨੱਕ ਦੀ ਸੇ ਦੇ ਵਿੱਚ ਅਗਰ ਫੁੱਲ ਡਬਲ ਫੋਲਡ ਕਰਕੇ ਇਸ ਲੜ ਨੂੰ ਜੇ ਅਗਰ ਤੋੜਾ ਫੁੱਲ ਕਰ ਲੈਣਾ ਹੈ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਵੀ ਤੁਸੀਂ ਨੇ ਜਿਹੜਾ ਬਾਜਾ ਉਹ ਫੇਰ ਕਿਸ ਲੜ ਦਾ ਜਿਹੜਾ ਫਾਸਲਾ ਉਹ ਤੁਸੀਂ ਨੇ ਜਿਹੜਾ ਸੈੱਟ ਕਰ ਲੈਣਾ ਹੈ ਜਿਹੜਾ ਤੁਸੀਂ ਨੇ ਅਲੜ ਲਾਉਣਾ ਹੈ ਉਹੜਦਾ ਵੀ ਤੁਸੀਂ ਨੇ ਉਸੇ ਤਰ੍ਹਾਂ ਪੂਣੀ ਦਾ ਖੋਲਦਾ ਪਸਾ ਥਲੇ ਰੱਖ ਕੇ ਤੇ ਮਦਬਸਾ ਉੱਤੇ ਰੱਖ ਕੇ ਇਸ ਲੜ ਨੂੰ ਵੀ ਜਿਹੜਾ ਨੱਕ ਦੀ ਛੇਤੇ ਵਿੱਚੋਂ ਸਾਫ਼ ਕਰ ਕੇ ਜਿਹੜਾ ਇੱਕ ਗੈਰ ਡੋਲ ਕਰਕੇ ਇਸ ਲੜ ਨੂੰ ਦਾ ਫੋਲਡ ਕਰ ਦੇਣਾ ਹੈ ਉੱਤਲਾ ਜਿਹੜਾ ਤੁਸੀਂ ਨੇ ਉੱਤਲਾ ਹਲਕੇ ਇਸ ਲੜ ਨੂੰ ਫੋਲਡ ਕਰਕੇ ਇਸ ਲੜ ਨੂੰ ਜਿਹੜਾ ਚੰਗੇ ਤਰ੍ਹਾਂ ਸਾਫ਼ ਕਰਕੇ ਇਹਦਾ ਲਗਾ ਦੇਣਾ ਹੈ ਇਸ ਲੜ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਬਾਜ ਆਉ ਦੇ ਨੇ ਚੰਗੀ ਤਰ੍ਹਾਂ ਜਿਹੜਾ ਹੁਣ ਫੇਰ ਲੈਣਾ ਹੈ ਇਹੜਾ ਤੁਸੀਂ ਨੇ ਪੱਗ ਪੈਨ ਲਗਾਉਣਾ ਹੈ ਨੱਕ ਦੀ ਸੇਧ ਦੇ ਵਿੱਚ ਜਿਹੜਾ ਪੱਗ ਪੈਨ ਲਗਾ ਕੇ ਉਸ ਲੜਦ ਪੱਗ ਪੈਨ ਨੂੰ ਜਿਹੜਾ ਹਲਕਾ ਦਿਨੇੜਾ ਬਾਹਰ ਖਿੱਚ ਲੈਣਾ ਹੈ ਉਸ ਲੜ ਦਾ ਜਿਹੜਾ ਅੱਧਾ ਵਗ ਮੈਨੂੰ ਉਸ ਤੋਂ ਤੁਹਾਡਾ ਅੰਦਰ ਹੋਣਾ ਚਾਹੀਦਾ ਤੇ ਥੋੜਾ ਜਿਹੜਾ ਬਾਹਰ ਹੋਣਾ ਚਾਹੀਦਾ ਜਿਹਦੇ ਤੋਂ ਥੱਲੇ ਨੂੰ ਜਿਹਾ ਕੇ ਆਪਾਂ ਜਿਹੜਾ ਕਲਗੀ ਲੜ ਨੂੰ ਫੋਲਡ ਕਰ ਸਕੀਏ ਜਿਹੜਾ ਤੁਸੀਂ ਨੇ ਕਲਗੀ ਲੜ ਲਗਾਉਣਾ ਹੈ ਨੂੰ ਚੰਗੀ ਤਰ੍ਹਾਂ ਸਲੜ ਦੀ ਖੋਲ ਕੇ ਜਿਹੜਾ ਉਤਲਾ ਪੱਲਾ ਉਸ ਨੂੰ ਥੱਲੇ ਨੂੰ ਫੋਲਡ ਕਰਕੇ ਤੇ ਥੱਲਾ ਪੱਲਾ ਉੱਤੇ ਨੂੰ ਫੋਲਡ ਕਰਕੇ ਉਸ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰਕੇ ਪੱਗਾਂ ਪੈਨ ਦੇ ਥੱਲੇ ਜੀ ਲਿਆ ਕੇ ਉਸ ਨੂੰ ਜਿਹੜਾ ਸੱਜੇ ਪਾਸੇ ਵੱਲੋਂ ਘੁਮਾ ਦੇਣਾ ਹੈ ਉਸ ਲੜਨ ਦਾ ਸੱਜੇ ਪਾਸੇ ਵੱਲੋਂ ਘੁਮਾ ਕੇ ਹਲਕਾ ਇਹੜਾ ਜੀਨੇ ਖੋਲ ਕੇ ਉਸ ਕੱਲ ਗੇ ਲੜਨ ਵਿੱਚ ਲਗਾ ਦੇਣਾ ਹੈ ਤੰਗੀਦਰਾ ਨੂੰ ਇਹਨੇ ਕੱਲ ਗੇ ਲੜਨ ਵਿੱਚ ਦੱਬ ਦੇਣਾ ਹੈ ਤੰਗੀਦਰਾ ਤੋਂ ਜਿਹੜੀ ਪੱਗ ਦੀ ਸੈਟਿੰਗ ਆ ਤੁਸੀਂ ਇਹਨੇ ਕਰ ਲੈਣੀ ਹੈ ਜਿਹੜਾ ਤੁਸੀਂ ਨੇ ਸਿਰ ਢਕਣਾ ਹੈ ਸਿਰ ਦੇ ਸੈਂਟਰ ਤੋਂ ਜਿਹੜਾ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਪੂਰੇ ਸਿਰ ਦੇ ਉੱਤੇ ਕਵਰ ਕਰ ਦੇਣਾ ਹੈ ਕਵਰ ਕਰਨ ਤੋਂ ਬਾਅਦ ਜਿਹੜਾ ਤੁਹਾਡਾ ਮੂੰਹ ਵਾਲਾ ਲੜਾ ਉਸ ਨੂੰ ਚੰਗੀ ਤਰ੍ਹਾਂ ਖਿੱਚ ਕੇ ਉਸ ਲੜ ਨੂੰ ਜਿਹੜਾ ਬਾਦੀ ਮੱਦਨਾ ਪੂਰਾ ਸਿਰ ਵਾਲਾ ਕਦੋਂ ਨੇ ਕਵਰ ਕਰ ਦੇਣਾ ਹੈ ਜਿਹੜਾ ਤੁਸੀਂ ਨੇ ਪਿਛਲਾ ਲਗਾਉਣਾ ਹੈ ਉਸ ਲੜ ਨੂੰ ਜਿਹੜਾ ਦੋਨੇ ਹੱਡਾਂ ਤੋਂ ਫੋਲਡ ਕਰਕੇ ਉਸ ਲੜ ਨੂੰ ਬੈਕ ਤੇ ਚੰਗੀ ਤਰ੍ਹਾਂ ਜਿਹੜਾ ਦਬ ਦੇਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਡੇ ਵੀਰੇ ਸਾਡੇ YouTube ਚੈਨਲ ਤੇ Facebook ਪੇਜ ਨੂੰ ਫੋਲੋ ਨਹੀਂ ਕੀਤਾ ਤੁਹਾਡਾ YouTube ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰੀਓ ਵੀਡੀਓ ਦੇਖਣ ਲਈ ਧੰਨਵਾਦ ਹੈ ਜੀ